मैं हरजीत कौर, सब तो पहला सारा नहीं सत श्री अकाल कहनी हाँ। मेरी क्वालिफिकेशन है NTT ਅਤੇ BA ਹੈ। ਮੈਂ 5 ਸਾਲ ਤੋਂ ਇਸ ਸਕੂਲ ਦੇ ਵਿੱਚ ਪੜ੍ਹਾ ਰਹੀ ਹਾਂ। ਨਰਸਰੀ ਤੋਂ UKG ਕਲਾਸ ਦੇ ਕਿੰਡਰਗਾਰਟਨ ਦੇ ਵਿੱਚ ਹੀ ਹਾਂ ਮੈਂ। ਮੋਸਟਲੀ ਮੈਂ UKG ਕਲਾਸ ਨੂੰ ਟੀਚ ਕੀਤਾ ਹੈ ਅਤੇ ਉਹਦਾ ਐਕਸਪੀਰੀਅੰਸ ਮੈਨੂੰ ਜ਼ਿਆਦਾ ਹੈ, ਇਸ ਕਰਕੇ ਮੈਂ ਆਪਦਾ ਉਹ ਐਕਸਪੀਰੀਅੰਸ ਹੀ ਸ਼ੇਅਰ ਕਰਨਾ ਚਾਹੂੰਗੀ। ਅਸਲ ਦੇ ਵਿੱਚ ਆਪਾਂ ਕਈ ਵਾਰ ਹੁੰਦਾ ਹੈ ਜੋ ਵੀ ਆਪਾਂ ਕੋਰਸ ਵਗੈਰਾ ਕੀਤੇ ਹੁੰਦੇ ਆ, ਜਿਵੇਂ NTT ਕੀਤੀ ਹੈ, BEd ਕੀਤੀ ਹੈ ਨਾ, ਉਹ ਬਿਲਕੁਲ ਹੀ ਅਲੱਗ ਹੁੰਦਾ ਹੈ, ਡਿਫਰੈਂਟ ਹੁੰਦਾ ਹੈ। ਜਦੋਂ ਆਪਾਂ ਕਲਾਸ 'ਚ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਉਹ ਬਿਲਕੁਲ ਡਿਫਰੈਂਟ ਐਕਸਪੀਰੀਅੰਸ ਹੁੰਦਾ ਹੈ ਆਪਣਾ, ਕਿਉਂਕਿ ਉੱਥੇ ਆਪਾਂ ਸਿਰਫ ਇੱਕ ਜਾਂ ਦੋ ਪ੍ਰੋਜੈਕਟ ਬਣਾ ਕੇ ਜਿਵੇਂ ਸਬਮਿਟ ਕਰਵਾਉਣੇ ਹੁੰਦੇ ਆ, ਇੱਥੇ ਆਪਾਂ ਕੀ ਕਹਿੰਦੇ ਹਾਂ ਹਰ ਰੋਜ਼ ਆਪਾਂ ਇਹ ਦੇਖਣਾ ਹੁੰਦਾ ਕਿ ਬੱਚਿਆਂ ਨੂੰ ਕੀ ਜ਼ਰੂਰਤ ਹੈ। ਉਹਦੇ ਬਾਰੇ ਦੇ ਵਿੱਚ ਆਪਾਂ ਆਪਣੇ ਕੋਲੋਂ ਕੁਛ ਵੀ ਤਿਆਰ ਕਰਨਾ ਹੁੰਦਾ ਵੀ ਬੱਚਿਆਂ ਨੂੰ ਸਮਝ ਆ ਜਾਵੇ। ਕਈ ਵਾਰ ਹੁੰਦਾ ਕੋਈ ਆਪਾਂ ਕੋਈ ਵੀ ਆ ਚੀਜ਼ ਪੜ੍ਹਾ ਰਹੇ ਹਾਂ, ਕੋਈ ਟੌਪਿਕ ਪੜ੍ਹਾ ਰਹੇ ਹਾਂ, ਬੱਚਿਆਂ ਦੇ ਫੇਸ ਤੋਂ ਸਮਝ ਆਉਂਦਾ ਵੀ ਇਹਨਾਂ ਨੂੰ ਸਮਝ ਨਹੀਂ ਪਈ, ਪਰ ਐਟ ਏ ਟਾਈਮ ਵੀ ਕਈ ਵਾਰ ਸਟੋਰੀ ਬਣਾਉਣੀ ਪੈਂਦੀ ਆ, ਕਈ ਵਾਰ ਫਨੀ ਸਟੋਰੀਜ਼ ਵੀ ਬਣਾਉਣੀ ਪੈਂਦੀ ਆ, ਕਿਉਂ ਆਪਾਂ ਬੱਚਿਆਂ ਨੂੰ ਸਮਝ ਆਉਣੀ ਚਾਹੀਦੀ ਆ ਉਹ ਚੀਜ਼। ਮੇਨ ਆਪਣਾ ਮੈਥਡ ਇਹੀ ਹੁੰਦਾ ਹੈ ਨਾ, ਇਸ ਕਰਕੇ ਮੈਂ ਅੱਜ ਥੋੜ੍ਹੇ ਐਕਸਪੀਰੀਅੰਸ ਆਪਣਾ ਉਵੇਂ ਦਾ ਸ਼ੇਅਰ ਕਰਨਾ ਚਾਹੂੰਗੀ ਤੁਹਾਡੇ ਨਾਲ। ਜਦੋਂ ਵੀ ਆਪਾਂ ਕਈ ਵਾਰੀ ਕੋਈ ਵੀ ਰੀਡਿੰਗ ਕਰਵਾ ਰਹੇ ਹਾਂ, ਕਿਉਂਕਿ ਮੇਰੀ ਪੰਜਾਬੀ ਦੇ ਵਿੱਚ ਜਦੋਂ ਮੈਂ UK ਨੂੰ ਰੀਡਿੰਗ ਕਰਵਾਉਣੀ ਆ, 2-3 ਅੱਖਰ 4 ਅੱਖਰ ਵਾਲੇ ਸ਼ਬਦ ਹੁੰਦੇ ਆ ਨਾ, ਅਤੇ ਉਹ ਪੂਰਾ ਪੇਜ ਰੀਡ ਕਰਦੇ ਕਰਦੇ ਬੋਰ ਹੋ ਜਾਂਦੇ ਆ ਕਈ ਵਾਰ, ਹੈ ਨਾ। ਰੀਡਿੰਗ ਤਾਂ ਐਵੇਂ ਆ ਵੀ ਚਲੋ ਜੀ 4 ਅੱਖਰ ਵਾਲੇ ਸ਼ਬਦ ਕਰਾਇਆ, ਅੜਾ ਜਜਾ ਜਗਰ ਅਰਗਰ, ਐਵੇਂ ਕਿੰਨੇ ਸ਼ਬਦ ਦਾ ਵਾਰ ਵਾਰ ਰੀਡ ਕਰਾ ਰਹੇ ਹਾਂ, ਬੱਚੇ ਕਈ ਵਾਰ ਤਾਂ ਬੋਰ ਹੋ ਜਾਂਦੇ, ਫਿਰ ਇੱਕ ਇੱਕ ਫਿਰ ਐਵੇਂ ਚੇਂਜ ਕਰ ਲਈਦਾ ਮੈਥਡ, ਫਿਰ ਹੁਣ ਇੱਕ ਸ਼ਬਦ ਰੀਡ ਕਰਵਾਇਆ ਅਜਗਰ, ਫਿਰ ਉਹਦੇ ਬਾਰੇ 2-4 ਗੱਲਾਂ ਕਰ ਲਈ ਦੀਆਂ ਉਹਨਾਂ ਨਾਲ, ਤਾਂ ਕਿ ਉਹ ਬੋਰ ਨਾ ਹੋਣ, ਰੀਡਿੰਗ ਕਰਦੇ ਕਰਦੇ ਬੋਰ ਨਾ ਹੋਣ ਵੀ ਅਜਗਰ ਕਿਵੇਂ ਦਾ ਹੁੰਦਾ, ਤੁਸੀਂ ਦੇਖਿਆ ਹੈ ਅਜਗਰ ਜਾਂ ਕੁਛ ਐਵੇਂ, ਥੋੜ੍ਹਾ ਬਹੁਤਾ ਨਾਲ ਉਹਦੇ ਨਾਲ ਰਿਲੇਟਡ ਗੱਲਾਂ ਕਰ ਲਈਏ, ਤਾਂ ਕਿ ਬੱਚਾ ਵੀ ਬੋਰ ਵੀ ਨਾ ਹੋਵੇ ਅਤੇ ਰੀਡਿੰਗ ਵੀ ਪ੍ਰੋਪਰ ਕਰ ਲਵੇ। ਇਸ ਤਰ੍ਹਾਂ ਹੀ ਜਦੋਂ ਆਪਾਂ ਆਫਟਰ ਅਤੇ ਬਿਫੋਰ ਕਰਵਾਉਂਦੇ ਹਾਂ, ਹੈ ਨਾ, ਆਪਾਂ ਕੀ ਕਰਦੇ ਹਾਂ 1 ਤੋਂ ਲੈ ਕੇ 10 ਕਾਊਂਟਿੰਗ ਲਿਖੀ ਆ, 11 ਤੋਂ 20 ਲਿਖੀ ਆ, ਲਾਈਨਾਂ 'ਚ ਕਾਊਂਟਿੰਗ ਲਿਖਤੀ, ਉਸ ਤੋਂ ਬਾਅਦ ਆਪਾਂ ਦੱਸਤਾ ਆਫਟਰ ਅੱਗੇ ਹੁੰਦਾ ਜੀ, ਬਿਫੋਰ ਪਿੱਛੇ ਹੁੰਦਾ ਹੈ। ਕਈ ਵਾਰ ਬੱਚੇ ਫਿਰ 10 ਤੋਂ ਆ ਕੇ ਬਾਅਦ ਵਿੱਚ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ 10 ਤੋਂ ਬਾਅਦ ਕੀ ਹੁੰਦਾ ਹੈ, 10 ਤੋਂ ਆਫਟਰ, ਉਹ ਕਨਫਿਊਜ਼ ਹੋ ਜਾਂਦੇ ਕਈ ਕਈ ਬੱਚੇ, ਕਈ ਤਾਂ ਇੰਟੈਲੀਜੈਂਟ ਹੁੰਦੇ ਜਲਦੀ ਕਰ ਲੈਂਦੇ ਆ, ਕਈ ਕਨਫਿਊਜ਼ ਹੋ ਜਾਂਦੇ ਆ। ਫਿਰ ਉਹਦੇ ਲਈ ਮੈਂ ਮੈਥਡ ਯੂਜ਼ ਕੀਤਾ ਸੀ ਕਿ ਕਲਾਸ ਦੇ ਵਿੱਚ ਪਹਿਲਾਂ ਮੈਂ ਇੱਕ ਲਾਈਨ ਲਿਖ ਲਈ ਸੀਗੀ, 1 ਤੋਂ ਲੈ ਕੇ 30 ਤੱਕ ਰਾਈਟ ਕਰ ਲਿਆ, ਕਲਾਸ ਪੂਰੀ ਲਾਈਨ ਰਾਈਟ ਕਰ ਲਈ, ਉਸ ਤੋਂ ਬਾਅਦ ਮੈਂ 2 ਸਲਿੱਪ ਬਣਾ ਲਈਆਂ, A ਸਲਿੱਪ ਅਤੇ B ਸਲਿੱਪ, ਬੱਚਿਆਂ ਨੂੰ ਗੇਮ ਦੇ ਥਰੂ ਹੀ ਕਰਵਾਇਆ ਏ, ਉਹਨਾਂ ਨੂੰ ਕਿਹਾ ਚਲੋ ਆਪਾਂ ਗੇਮ ਖੇਡਦੇ ਹਾਂ, ਠੀਕ ਹੈ, ਉਹਨਾਂ ਨੂੰ ਬੁਲਾ ਲਿਆ 2 ਬੱਚਿਆਂ ਨੂੰ ਕਿ ਤੁਸੀਂ 1 ਸਲਿੱਪ ਉਠਾਓ, ਜੇ ਤਾਂ ਤੁਸੀਂ A ਆਏਗਾ ਤੁਹਾਨੂੰ ਤਾਂ ਤੁਸੀਂ ਜਿੱਥੇ ਖੜੇ ਹੋਵੋਗੇ ਜਿਹੜੇ ਨੰਬਰ 'ਤੇ, ਜਿਵੇਂ 5 ਨੰਬਰ 'ਤੇ ਖੜੋ ਤੁਸੀਂ, ਜੇ ਤੁਹਾਨੂੰ A ਆਏਗਾ ਤਾਂ ਤੁਸੀਂ ਅੱਗੇ ਜੰਪ ਕਰਨਾ ਏ, ਜੇ ਤੁਹਾਨੂੰ B ਸਲਿੱਪ ਆਏਗੀ ਤਾਂ ਤੁਸੀਂ ਪਿੱਛੇ ਜੰਪ ਕਰਨਾ ਏ। ਉਹਨਾਂ ਨੇ ਇੱਕ ਗੇਮ ਖੇਡੀ, A ਆ ਗਿਆ ਉਹਨਾਂ ਨੂੰ ਅੱਗੇ ਜੰਪ ਕਰਿਆ, B ਆ ਗਿਆ ਤੇ ਉਹਨਾਂ ਨੂੰ ਪਿੱਛੇ ਕਰਿਆ, ਠੀਕ ਹੈ। ਫਿਰ ਉਹਨਾਂ ਨੂੰ ਮੈਂ ਬੋਰਡ 'ਤੇ ਦੱਸਤਾ ਵੀ A ਨੰਬਰ 5 ਆ, A ਆ ਗਿਆ ਉੱਪਰ ਆਫਟਰ ਲਿਖਿਆ ਏ, ਤਾਂ ਤੁਸੀਂ ਅੱਗੇ ਜੰਪ ਕਰੋਗੇ ਕਦੇ ਵੀ, ਜੇਕਰ B ਲਿਖਿਆ ਆ ਗਿਆ ਤਾਂ ਤੁਸੀਂ ਉਹੀ ਜੰਪ ਪਿੱਛੇ ਕਰੋਗੇ, 5 ਤੋਂ ਪਿੱਛੇ ਹੁਣ ਜੇ ਜੰਪ ਕਰੋਗਾ ਬੱਚਾ ਓਬਵੀਅਸਲੀ 4 'ਤੇ ਜਾਏਗਾ, ਤਾਂ ਉਹ ਸਹੀ ਲਿਖਦੇ ਆ। ਇਹ ਮੈਨੂੰ ਲੱਗਦਾ ਇੱਕ ਮੈਥਡ ਕਰਵਾਇਆ, ਤਾਂ ਉਸ ਤੋਂ ਬਾਅਦ ਮੈਨੂੰ ਲੱਗਦਾ ਦੁਬਾਰਾ ਮੈਨੂੰ ਇਹ ਟੌਪਿਕ ਨਹੀਂ ਕਰਵਾਉਣਾ ਪਿਆ, ਕਲਾਸ ਸਾਰੇ ਬੱਚਿਆਂ ਨੂੰ ਆਲਮੋਸਟ ਆ ਗਿਆ ਸੀ। ਇਹ ਯਾਨੀ ਕਿ ਈਜ਼ੀ ਆਪਾਂ ਗੇਮ ਮੈਥਡ ਨਾਲ ਵੀ ਬਹੁਤ ਸਾਰੀ ਟੀਚਿੰਗ ਕਰਵਾ ਸਕਦੇ ਹਾਂ। ਇਵੇਂ ਪੰਜਾਬੀ ਦੇ ਵਿੱਚ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਆਪਾਂ ਕਰਵਾਉਂਦੇ ਹਾਂ, ਸ਼ੁਰੂ ਕਰਵਾਉਂਦੇ ਹਾਂ ਵਰਨਮਾਲਾ, ਅਤੇ ਉਦੋਂ ਬੱਚਿਆਂ ਨੂੰ ਕਈ ਅੱਖਰ ਆ ਇਹ ਵੀ ਪੰਜਾਬੀ ਦੇ ਵਿੱਚ ਜਿਨ੍ਹਾਂ ਨੂੰ ਦੇਖ ਕੇ ਕਨਫਿਊਜ਼ ਹੋ ਜਾਂਦੇ ਆ, ਜਿਵੇਂ ਕਿ ਪੱਪਾ ਹੋ ਗਿਆ, ਧੱਧਾ ਹੋ ਗਿਆ, ਖੱਖਾ ਹੋ ਗਿਆ ਨਾ, ਉਹ ਲਾਈਨਾਂ ਲਗਾਉਣੀਆਂ ਹੁੰਦੀਆਂ, ਅੱਗੇ ਪਿੱਛੇ ਲਾ ਦਿੰਦੇ ਅਤੇ ਉਹ ਅੱਖਰ ਹੀ ਬਦਲ ਜਾਂਦਾ ਹੈ, ਅਤੇ ਉਹਦੇ ਲਈ ਵੀ ਅਸੀਂ ਮੈਥਡ ਯੂਜ਼ ਕੀਤਾ ਸੀ ਵੀ ਜਿਵੇਂ ਧੱਧਾ ਧੋਬੀ ਆ, ਧੋਬੀ ਕੀ ਕਰਦਾ ਹੈ ਵੀ ਕੱਪੜੇ ਧੋਂਦਾ ਹੈ, ਉਹਦੇ ਕੋਲ ਐਵੇਂ ਟੇਬਲ ਵਾਂਗੂ ਉੱਪਰ ਬਣਿਆ ਹੁੰਦਾ, ਉਹਦੇ ਉੱਪਰ ਐਵੇਂ ਮਾਰਦਾ ਹੈ, ਉੱਪਰ ਇੱਕ ਲਾਈਨ ਹੁੰਦੀ ਹੈ ਨਾ, ਉਵੇਂ ਜਿਹੜਾ ਤੁਸੀਂ ਧੱਧਾ ਹੈ ਉਹਦੇ ਉੱਪਰ ਲਾਈਨ ਰੱਖਣੀ ਹੈ, ਉਹਦੇ ਉੱਪਰ ਲਾਈਨ ਰੱਖਣੀ ਆ, ਧੋਬੀ ਉੱਪਰ ਫੇਰ ਹੀ ਕੱਪੜੇ ਧੋਏਗਾ ਨਾ। ਉਸ ਤੋਂ ਬਾਅਦ ਜਿਵੇਂ ਥੱਥਾ ਹੈ, ਥੱਥਾ ਕੀ ਹੁੰਦਾ, ਥੱਥੇ ਤੋਂ ਥਾਣ ਹੁੰਦਾ ਹੈ ਅਤੇ ਥਾਣ ਵਧਣਾ ਭਰੇ ਹੁੰਦੇ ਫੁੱਲ, ਇਸ ਕਰਕੇ ਸਾਰੀਆਂ ਲਾਈਨਾਂ ਲਾ ਦਿਉ, ਫੁੱਲ ਕਰ ਦਿਉ ਉਹਨੂੰ ਥੱਥੀ ਨੂੰ। ਇਵੇਂ ਗਾਂ ਜਿਵੇਂ ਖੱਖਾ ਸੀ, ਖੱਖਾ ਕੀ ਹੁੰਦਾ, ਖਰਬੂਜਾ ਹੈ, ਖਰਬੂਜੇ ਨੂੰ ਜਦੋਂ ਕੱਟਦੇ ਹਾਂ ਉਹ ਕੀ ਬਣਦੀਆਂ ਲਾਈਨਾਂ, ਇੱਕ ਉੱਪਰ ਲਾਈਨ ਬਣ ਜਾਂਦੀ, ਇੱਕ ਐਵੇਂ ਬਣ ਜਾਂਦੀ ਆ ਨੀਚੇ, ਤਾਂ ਫਿਰ ਉਹ 2 ਲਾਈਨਾਂ ਆ ਜਾਣਗੀਆਂ ਨੀਚੇ ਵਾਲੀਆਂ ਖੱਖਾ ਖਰਬੂਜੇ 'ਚ। ਇਵੇਂ ਪੱਪਾ ਪਤੰਗ ਆ, ਪਤੰਗ ਕੀ ਹੁੰਦਾ ਹੈ, ਉਹਨੂੰ ਉਡਾਉਣੇ ਆ, ਉਹ ਹਲਕਾ ਹੁੰਦਾ ਹੈ, ਉਹਦੇ ਵਿੱਚ ਜੇ ਉਹਦੇ 'ਚ ਜ਼ਿਆਦਾ ਭਾਰ ਹੋਊਗਾ, ਜ਼ਿਆਦਾ ਲਾਈਨਾਂ ਹੋਣਗੀਆਂ ਤਾਂ ਉੱਡੇਗਾ ਹੀ ਨਹੀਂ, ਇਸ ਕਰਕੇ ਪੱਪਾ ਪਤੰਗ ਹਮੇਸ਼ਾ ਖਾਲੀ ਰੱਖਣਾ। ਇਸ ਮੈਥਡ ਨਾਲ ਇਹ 4 ਅੱਖਰਾਂ ਦੀ ਪਹਿਚਾਣ ਉਹਨੂੰ ਇੰਨੀ ਵਧੀਆ ਆ ਗਈ ਵੀ ਉਹ ਦੁਬਾਰਾ ਉਹਨਾਂ ਨੇ ਰੋਂਗ ਨਹੀਂ ਕੀਤੀ। ਇਵੇਂ ਜਿਵੇਂ ਇਹ ਤਾਂ ਨੋਰਮਲ ਮੈਥਡ ਹੈ ਇੱਕ, ਜਿਵੇਂ ਆਪਾਂ ਕਰਦੇ ਹਾਂ ਕਿ ਬਿਗਰ ਦੈਨ ਐਂਡ ਲੈਸ ਦੈਨ, ਹੈ ਨਾ,
ਵੀ ਕਿਹੜਾ ਜਿਹੜਾ ਨੰਬਰ ਹੈ ਉਹ ਲੈਸ ਹੈ ਤੇ ਕਿਹੜਾ ਹੈਗਾ ਬਿਗਰ ਹੈ ਉਹ ਤੋਂ। ਉਹਦੇ ਲਈ ਆਪਾਂ ਜਾਨੀ ਕਿ ਸਾਈਨ ਪੁੱਟ ਕਰਵਾਉਂਦੇ ਹਾਂ ਤੇ ਉਹਦੇ ਵਿੱਚ ਵੀ ਕਈ ਵਾਰ ਬੱਚੇ ਨਹੀਂ ਪ੍ਰੋਪਰ ਕਰਦੇ ਹਨ ਨਾ, ਉਹ ਵੀ ਫਿਰ ਆਪਾਂ ਬਣਾ ਲੈਂਦੇ ਹਾਂ ਇੱਕ ਫਿਸ਼ ਬਣਾ ਲੈਂਦੇ ਹਾਂ ਕਿ ਇਹ ਫਿਸ਼ ਹੈ ਉਹਦਾ ਫੇਸ ਓਪਨ ਹੈ। ਹੁਣ ਜਿੱਧਰ ਜ਼ਿਆਦਾ ਨੰਬਰ ਹੋਣਗੇ, ਫਿਸ਼ ਤਾਂ ਭੁੱਖੀ ਹੈ ਉਹ ਜ਼ਿਆਦਾ ਹੀ ਖਾਊਗੀ, ਜੇ ਤਾਂ ਉਹ ਉੱਧਰ ਜ਼ਿਆਦਾ ਹੈ ਤਾਂ ਉੱਧਰ ਨੂੰ ਲਗਾ ਦਿਓ, ਉਹਦਾ ਫੇਸ ਓਪਨ ਕਰੋ, ਜੇ ਉੱਧਰ ਨੂੰ ਹੈ ਤਾਂ ਫਿਰ ਉੱਧਰ ਵਾਲਾ ਖਾਏਗੀ। ਤੇ ਜੇਕਰ ਉਹ ਦੋਨੋਂ ਸਾਈਡ ਇਕੁਅਲ ਹੈ ਤਾਂ ਕਨਫਿਊਜ਼ ਹੋ ਜਾਏਗੀ, ਪਹਿਲਾਂ ਇੱਧਰ ਜਾਏਗੀ ਫਿਰ ਇੱਧਰ ਜਾਏਗੀ ਤਾਂ ਫਿਰ ਇਵੇਂ ਦੋ ਲਾਈਨਾਂ ਲੱਗ ਜਾਂਦੀਆਂ। ਤੇ ਇਵੇਂ ਵੀ ਇਹ ਟੌਪਿਕ ਵੀ ਜ਼ਿਆਦਾ ਵਧੀਆ ਕਲੀਅਰ ਹੋ ਜਾਂਦਾ ਹੈ। ਤੇ ਇਵੇਂ ਜਦੋਂ ਆਪਾਂ ਕਈ ਵਾਰ ਕੀ ਕਰਦੇ ਹਾਂ ਕਿ ਇੰਗਲਿਸ਼ ਦੇ ਵਰਡਸ ਜਾਂ ਪੰਜਾਬੀ ਦੇ ਜਾਂ ਕੋਈ ਹੋਰ ਵਰਡਸ ਹੁੰਦੇ ਆ, ਡਿਫਿਕਲਟ ਵਰਡਸ ਹੁੰਦੇ ਆ, ਬੱਚੇ ਯਾਦ ਨਹੀਂ ਕਰ ਸਕਦੇ, ਆਪਾਂ 10-10 15-15 ਇਕੱਠੇ ਲਗਵਾ ਦਿੰਦੇ ਹਾਂ ਕਾਪੀ ਤੇ, ਪਰ ਉਹ ਯਾਦ ਨਹੀਂ ਕਰ ਪਾਉਂਦੇ, ਇਹਦਾ ਯਾਦ ਹੁੰਦੇ ਵੀ ਨਹੀਂ ਉਹਨਾਂ ਦੇ, 10-10 ਦਿਨ ਵੀ ਕਈ ਵਾਰ ਟੌਪਿਕ ਉਹ ਚੱਲਦਾ ਰਹਿੰਦਾ ਪਰ ਯਾਦ ਨਹੀਂ ਹੁੰਦੇ। ਉਹਦੇ ਲਈ ਆਪਾਂ ਕੀ ਕਰ ਸਕਦੇ ਹਾਂ ਵੀ ਹਰ ਰੋਜ਼ ਦੋ ਹੀ ਸ਼ਬਦ ਆਪਾਂ ਬੋਰਡ ਦੇ ਬਿਲਕੁਲ ਇੱਕ ਸਾਈਡ ਕਾਰਨਰ ਤੇ ਲਿਖ ਦਈਏ ਕਿ ਇਹ ਆਪਾਂ ਨਾ ਯਾਦ ਕਰਨੇ ਆ ਅੱਜ ਆਪਾਂ ਤੇ ਕੱਲ ਆਪਾਂ ਟੈਸਟ ਬੋਰਡ ਤੇ ਕਰਨਾ ਇਹਨਾਂ ਦਾ। ਇਵੇਂ ਬੱਚੇ ਜਿਹੜੇ ਦੋ ਦੋ ਵਰਡਸ ਨਾਲ ਉਹ ਸਾਰੇ ਜਿੰਨੀ ਕਿ ਜਿਹੜੇ ਵਰਡਸ ਆ ਉਹ ਲਰਨ ਹੋ ਜਾਂਦੇ ਹਨ। ਥੈਂਕ ਯੂ, ਹੈਵ ਅ ਨਾਈਸ ਡੇ।